ਉਹ ਮਜੀਠੀਆ ਰਾਮ ਪਤਾ ਨਹੀਂ ਕਿਹੜਾ ਜਿਹੜਾ ਮਜੀਠੀਆ ਰਾਮ ਹੀ ਉਹਦਾ ਨਾਂ, ਐਡਾ ਲੰਬਾ ਮੂੰਹ ਆ ਵੀ ਤੂੰ ਗਰੀਬਾਂ 'ਤੇ ਤਰਸ ਕਰਦਾ, ਤੂੰ ਤਾਂ ਆਪਣੇ ਮੂੰਹ ਤੋਂ ਦੋ ਤਿੰਨ ਪਲਾਟ ਕੱਟ ਦੇ ਗਰੀਬਾਂ ਨੂੰ, ਤਾਂ ਵੀ ਤੇਰਾ ਮੂੰਹ ਆਮ ਬੰਦਿਆ ਜਿੱਡਾ, ਇੱਥੋਂ ਸ਼ੁਰੂ ਹੁੰਦਾ ਜਿੱਡਾ ਕੱਦ ਆ ਉਹਦਾ ਮੂੰਹ ਆ, ਉਹ ਵੀ ਮੇਰੇ ਦੁਆਲੇ ਹੋਇਆ ਆ, ਉਹ ਡਰੱਗ ਤੁਹਾਡੇ ਤੋਂ ਸ਼ੁਰੂ ਹੋਈ, ਬੱਚੇ ਲੋਕਾਂ ਦੇ ਤੁਸੀਂ ਮਾਰਤੇ, ਅੱਜ ਹਰ ਮਾਵਾਂ ਵੈਣ ਪਾ ਰਹੀਆਂ, ਪਹਿਲਾਂ ਫ੍ਰੀ ਵਿੱਚ ਤੁਹਾਡੀਆਂ ਮੈਂ ਕੰਪੇਨਾਂ ਕਰਦਾ ਰਿਹਾ। ਬਸ ਹੁਣ ਕਲਾਈਮੈਕਸ ਵੱਲ ਜਾ ਰਹੇ ਹਾਂ, ਮੇਰਾ ਖਿਆਲ ਮਹੀਨਾ ਡੇਢ ਮਹੀਨਾ ਹੋ ਗਿਆ ਕੰਟੀਨਿਊਜ਼ ਮੁਸਲਸਲ ਲਗਾਤਾਰ ਰਾਤ ਦਿਨ ਚੱਲਦਾ ਰਿਹਾ। ਪ੍ਰੇ ਕਰਿਓ ਆਹ ਵੀ ਕੁਛ 5-7 ਦਿਨ ਜਿਹੜੇ ਰਹਿ ਗਏ ਸੁੱਖ ਸਵੀਲੀ ਨਾਲ ਗੁਜ਼ਰ ਜਾਣ। ਉਹ ਮਜੀਠੀਆ ਰਾਮ ਪਤਾ ਨਹੀਂ ਕਿਹੜਾ ਜਿਹੜਾ ਮਜੀਠੀਆ ਰਾਮ ਹੀ ਉਹਦਾ ਨਾਂ, ਵਿਕਰਮ ਮਜੀਠੀਆ ਰਾਮ, ਉਹ ਵੀ ਮੇਰੇ ਦੁਆਲੇ ਹੋਇਆ ਆ, ਉਹ ਡਰੱਗ ਤੁਹਾਡੇ ਤੋਂ ਸ਼ੁਰੂ ਹੋਈ, ਹੈਂ ਬੱਚੇ ਲੋਕਾਂ ਦੇ ਤੁਸੀਂ ਮਾਰਤੇ, ਅੱਜ ਹਰ ਮਾਵਾਂ ਵੈਣ ਪਾ ਰਹੀਆਂ। ਉਹ ਭਰਾਵਾ ਤੁਸੀਂ ਤਾਂ ਮੇਰਾ 7 ਦਿਨ ਜਨਮ ਕਰਜ਼ਾ ਨਹੀਂ ਦੇ ਸਕਦੇ, ਪਹਿਲਾਂ ਫ੍ਰੀ ਵਿੱਚ ਤੁਹਾਡੀਆਂ ਮੈਂ ਕੰਪੇਨਾਂ ਕਰਦਾ ਰਿਹਾ, ਫਿਰ ਮੈਂ 10-12 ਸਾਲ ਜ਼ਿੰਦਗੀ ਦੇ ਕੀਮਤੀ ਤੁਹਾਡੇ ਲਈ ਲਾਏ, ਪਰ ਮੈਂ ਹੈਰਾਨ ਹਾਂ, ਨਹੀਂ ਅਕਾਲੀ ਦਲ ਨਾਲ ਜੁੜਨਾ ਗਲਤੀ ਨਹੀਂ ਸੀ, ਵੱਡੇ ਬਾਦਲ ਸਾਹਿਬ ਤੱਕ ਇੱਦਾਂ ਬੋਲਦੇ ਨਹੀਂ ਸੀ, ਸੁਖਬੀਰ ਜੀ ਨੇ ਕਦੀ ਨਹੀਂ ਬੋਲਿਆ, ਭੈਣ ਜੀ ਹਰਸਿਮਰਤਜੀਤ ਨੇ ਮੇਰੇ ਬਾਰੇ ਕਦੀ ਨਹੀਂ ਬੋਲਿਆ। ਆਹ ਮਜੀਠੀਆ ਰਾਮ ਪਤਾ ਨਹੀਂ ਕਿੱਥੋਂ ਉਹ ਆ ਗਿਆ, ਉਹ ਮੈਂ ਦੇਖਿਆ 2-3 ਵੀਡੀਓ, ਐਡਾ ਲੰਬਾ ਮੂੰਹ ਆ ਵੀ ਤੂੰ ਗਰੀਬਾਂ 'ਤੇ ਤਰਸ ਕਰਦਾ, ਤੂੰ ਤਾਂ ਆਪਣੇ ਮੂੰਹ ਤੋਂ 2-3 ਪਲਾਟ ਕੱਟ ਦੇ ਗਰੀਬਾਂ ਨੂੰ, ਤਾਂ ਵੀ ਤੇਰਾ ਮੂੰਹ ਆਮ ਬੰਦਿਆ ਜਿੱਡਾ, ਇੱਥੋਂ ਸ਼ੁਰੂ ਹੁੰਦਾ ਜਿੱਡਾ ਕੱਦ ਆ ਉੱਡਾ ਮੂੰਹ ਆ। ਤੇ ਕਰਮਜੀਤ ਅਨਮੋਲ ਜੀ ਵੀ ਆਏ ਹੈ ਕਿ ਤੁਹਾਡੇ ਜੂਨੀਅਰ ਹੈਗੇ ਤੁਹਾਡੀ ਫੈਟਰਨਿਟੀ ਦੇ, ਹਾਂਜੀ ਉਹਨਾਂ ਉਹ ਤੁਹਾਡੇ ਹੁਣ ਵਿਰੋਧ 'ਚ ਖੜੇ ਆ, ਤੁਹਾਡੀ ਦੂਸਰੀ ਪਾਰਟੀ ਤੋਂ ਖੜੇ ਆ, ਉਹਨਾਂ ਨੂੰ ਬਾਰੇ ਮੈਂ ਉਹਨੂੰ ਇੱਦਾਂ ਦੇਖਦਾ ਜੀ ਹਿਜ਼ ਲਾਈਕ ਮਾਈ ਯੰਗਰ ਬ੍ਰਦਰ, ਪਰ ਹੈ ਤਾਂ ਮੁਕਾਬਲੇ ਦੇ ਵਿੱਚ ਹੈ। ਠੀਕ ਆ, ਮੁਕਾਬਲੇ 'ਚ ਕੌਡੀ ਖੇਡਦੇ ਆ ਮੁੰਡੇ, ਬਾਅਦ 'ਚ ਦਾਰੂ ਆਪਣਾ ਕੀ ਬੈਠਦੇ ਆ ਪਾਰਟੀਆਂ ਕਰਦੇ ਆ, ਹੈਲਦੀ ਕੰਪੀਟੀਸ਼ਨ ਰੱਖੋ, ਐਵੇਂ ਬੁੜੀਆਂ ਨੂੰ ਮਿਹਣੇ ਮਾਰੀ ਜਾਓ, ਇਹ ਤਾਂ ਕਹਿੰਦੇ ਇੱਕ ਵਾਰੀ ਮੈਂ ਜਿੱਤ ਗਿਆ ਤੈਨੂੰ ਅੰਦਰ ਕਰਾ ਦਊਂਗਾ, ਆਏ ਆਪ ਅੰਦਰੋਂ ਹੁੰਦੇ। ਕਰਮਜੀਤ ਅਨਮੋਲ ਜੀ ਮੈਂ ਇੰਟਰਵਿਊ ਕੀਤਾ, ਉਹਨਾਂ ਨੇ ਤੁਹਾਡੀ ਰਿਸਪੈਕਟ ਕੀਤੀ, ਉਹਨਾਂ ਨੇ ਇੱਕ ਵਾਰ ਵੀ ਤੁਹਾਡੇ ਬਾਰੇ ਨਹੀਂ ਬੋਲਿਆ। ਮੈਂ ਤੇ ਕਹਿੰਦਾ ਕਲਾਕਾਰ ਸਾਹਿਤਕਾਰ ਤੇ ਪੱਤਰਕਾਰ ਡਾਕਟਰ ਇੰਜੀਨੀਅਰਾਂ ਨੂੰ ਲਿਆਓ, ਇਹਨਾਂ ਨੇ ਇੱਕ ਦੂਜੇ ਬਾਰੇ ਭੈੜਾ ਬੋਲਿਆ ਹੀ ਨਹੀਂ ਕਰਨਾ, ਇਹਨਾਂ ਨੂੰ ਪਤਾ ਹੁੰਦਾ ਨਾ ਕਿ ਅਦਬ ਕੀ ਆ। ਜਦੋਂ ਜਿਹੜੀ ਕੌਮ ਆਪਣੇ ਗਵਈਆਂ ਨੂੰ ਕੰਜਰ ਕਹਿਣਾ ਸ਼ੁਰੂ ਕਰਦਾ, ਸਮਝੋ ਗਰਕਣ ਵਾਲੀ ਕੌਮ ਹੈ। ਅਗਰ ਫੂਲੋਂ ਕੋ ਜ਼ੁਬਾਂ ਹੋਤੀ ਤੋ ਵੋ ਵੀ ਸਾਥ ਸਰੋਂ ਕੀ ਮੌਸੀ ਕਿਵੇਂ ਬਾਤ ਕਰਦੇ। ਅਸੀਂ ਤਾਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹਾਂ ਜਦੋਂ ਸਾਖੀ 'ਚ ਸੁਣਦੇ ਹਾਂ ਛੇੜ ਮਰਦਾਨਿਆਂ ਰਵਾਬ ਬਾਣੀ ਆਈ ਆ, ਉਹ ਸੰਗੀਤ ਸੀ, ਸੰਗੀਤ ਨਾਲ ਕਾਇਨਾਤ ਰਚੀ ਗਈ ਆ, ਸੰਗੀਤਕਾਰਾਂ ਦੀ ਇੱਜ਼ਤ ਕਰੋ, ਸਾਊਥ ਵਿੱਚ ਮੰਦਰ ਬਣਾਉਂਦੇ ਆਪਣੇ ਕਲਾਕਾਰਾਂ ਦੇ, ਦੇਖ ਲਓ ਉਹ ਸਟੇਟਾਂ, ਅਸੀਂ ਆਪਣੀ ਆਕੜ 'ਚ ਹੀ ਸੜੇ ਹੋਏ ਹਾਂ, ਜਿਹੜੀਆਂ ਆਪਣੇ ਗਵਈਆਂ ਨੂੰ ਕੰਜਰ ਨਚਾਰ ਕਹਿਣਗੀਆਂ ਕੌਮਾਂ, ਉਹ ਕਦੀ ਤਰੱਕੀ ਨਹੀਂ ਕਰ ਸਕਦੇ। ਹਾਂ ਸਾਹਿਬ, ਇਹ ਸਾਰੀ ਚੋਣ ਜੰਗ ਦੇ ਵਿਚਾਲੇ ਇੱਕ ਬਹੁਤ ਵੱਡਾ ਸਿਤਾਰਾ ਸਾਡੇ ਕੋਲ ਵਿਛੜ ਗਿਆ, ਸੁਰਜੀਤ ਪਾਤਰ ਜੀ, ਉਹਨਾਂ ਨੂੰ ਕਿੱਦਾਂ ਯਾਦ ਕਰਦੇ ਹੋ ਤੁਸੀਂ? ਹਾਏ ਹਾਏ, ਕਿਹਦਾ ਨਾਂ ਲੈ ਲਿਆ, ਉਹ ਮੇਰਾ ਐਡਾ ਵੱਡਾ ਬੰਦਾ, ਯਾਨੀ ਮੇਰ ਕੀ ਦੱਸਾਂ ਕਿ ਸ਼ਿਵ ਨੂੰ ਨਹੀਂ ਮਿਲਿਆ ਮੈਨੂੰ ਹੇਰਵਾਸੀ, ਲੇਕਿਨ ਪਾਤਰ ਨੂੰ ਮੈਂ ਗੌਰ ਨਾਲ ਵੇਖ ਲੈਂਦਾ ਸੀ, ਪਾਸ਼ ਸਾਡੇ ਲਾਗੇ ਪਿੰਡਾਂ ਦਾ ਸੀ ਅਤੇ ਪਾਤੜ ਜਮ੍ਹਾਂ ਹੀ ਲਾਗੇ ਪਿੰਡ ਦੇ ਸੀ, ਇਸ ਕਰਕੇ ਨਹੀਂ ਕਿ ਸਾਡੇ, ਲੇਕਿਨ ਉਹਦੇ ਸ਼ਿਵ ਤੋਂ ਬਾਅਦ ਅਗਰ ਕੋਈ ਚੱਜ ਦਾ ਸ਼ਾਇਰ ਸੀ ਸਾਡੇ ਕੋਲ, ਪਹਿਲੀ ਵਾਰੀ ਤੁਹਾਨੂੰ ਪਤਾ ਉਹਨਾਂ ਨੂੰ ਗਾਇਆ ਹੀ ਮੈਂ ਆਇਆ,
ਪਹਿਲਾਂ ਉਹਨਾਂ ਦੇ ਮੁਸ਼ਾਇਰਿਆਂ 'ਚ ਹੀ ਪਾਪੂਲਰ ਹੁੰਦੇ ਸੀ, ਆਵਾਮ ਲੋਕਾਂ ਨੂੰ ਨਹੀਂ ਸੀ ਪਤਾ। ਜਦੋਂ ਪਹਿਲੀ ਵਾਰੀ ਜ਼ਿੰਦਗੀ 'ਚ ਮੈਂ ਗਾਇਆ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ, ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ, ਉਹ ਜਦੋਂ ਦੇ ਪਰਤਣਗੇ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਇੱਕ ਫਿਰ ਮੈਂ ਗੀਤ ਗਾਇਆ, ਉਹ ਮੈਨੂੰ ਲੱਗਾ ਮੇਰੀ ਦਾਸਤਾਨ ਹੈ। ਉਹ ਸੀ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੇ, ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਖੈਰ ਹੈ। ਆਹ ਦੇਖੋ ਮੇਰੇ ਘਰ ਮੇਰਾ ਨਕਸ਼ਾ ਕਿੱਦਾਂ ਉਹ ਖਿੱਚ ਰਿਹਾ, ਹਾਲਾਂਕਿ ਉਹਨਾਂ ਨੂੰ ਉਹਨਾਂ ਨੇ ਆਪਣੇ ਹਿਸਾਬ, ਪਰ ਮੈਨੂੰ ਲੱਗਾ ਮੇਰਾ ਆ। ਨਿੱਕੇ ਜਿਹੇ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ, ਦੇਖੋ ਗਿਆਨੀ ਜੀ ਦੇ ਪਿੰਡ ਬੈਠ ਕੇ ਕਹਿ ਰਿਹਾ, ਉਹ ਵੀ ਕਿੱਥੋਂ ਉੱਠ ਕੇ ਕਿਤੇ। ਨਿੱਕੇ ਜਿਹੇ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ, ਕੱਚੀਆਂ ਸੀ ਕੰਧਾਂ, ਉਹਦਾ ਬੋੜਾ ਜਿਹਾ ਡਰ ਸੀ, ਅੰਮੀ ਮੇਰੀ ਚਿੰਤਾ ਅਤੇ ਬਾਪੂ ਮੇਰਾ ਡਰ ਸੀ, ਜਦੋਂ ਮੇਰੀ ਔਦ ਅਜੇ ਮਸਾਂ ਫੁੱਲ ਭਰ ਸੀ, ਉਦੋਂ ਤੋਂ ਹੀ ਸਾਡੇ ਨਾਲ ਖੁਸ਼ੀਆਂ ਦਾ ਵੈਰ ਏ, ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਕਰ। ਔਰ ਤੀਜਾ ਗਾਣਾ ਮੈਂ ਉਹਨਾਂ ਦਾ ਗਾਇਆ, ਡੋਲੀ ਚੁੱਕ ਲਓ ਕੁਹਾਰੋ ਮੇਰੀ, ਅੱਜ ਰੋਂਦਿਆਂ ਨੂੰ ਰੋਣ ਦਿਓ। ਇਹ ਗਾਣਾ ਉਦਣ ਗਾਇਆ ਜਿੱਦਣ ਉਹਨਾਂ ਦਾ ਜਨਾਜ਼ਾ ਨਿਕਲ ਰਿਹਾ ਸੀ, ਉਦਣ ਮੈਂ ਧਾਹਾਂ ਮਾਰ ਮਾਰ ਕੇ ਰੋਇਆ। ਮੈਂ ਕਿਹਾ ਆਹ ਗਾਣਾ ਇਸ ਦਿਨ ਲਈ ਲਿਖਿਆ ਸੀ, ਡੋਲੀ ਚੁੱਕ ਲਓ ਕੁਹਾਰੋ ਮੇਰੀ, ਰੋਂਦਿਆਂ ਨੂੰ ਰੋਣ ਦਿਓ। ਪਾਤਰ ਸਾਹਿਬ ਦਾ ਜਾਣਾ ਬਹੁਤ ਵੱਡਾ ਖਲਾਅ ਆ, ਬਹੁਤ ਵੱਡਾ ਨੁਕਸਾਨ ਹੈ। ਇਸ ਕਰਕੇ ਇਹ ਲੋਕੋ ਆਪਣੇ ਕਲਾਕਾਰਾਂ ਨੂੰ, ਸਾਹਿਤਕਾਰਾਂ ਨੂੰ ਜਿੱਦਣ ਇੱਜ਼ਤ ਦੇਣੀ ਸਿੱਖੋਗੇ, ਉਦਣ ਤੁਹਾਨੂੰ ਸੱਭਿਅਕ ਕੌਮ ਗਿਣਿਆ ਜਾਏਗਾ। ਉਦਣ ਤੁਹਾਨੂੰ ਕਹਿਣਗੇ ਕੋਈ ਗੁਰੂ ਵਾਲਾ ਬੋਲ ਰਿਹਾ, ਉਦਣ ਕਹਿਣਗੇ ਵਾਹ ਬਈ ਵਾਹ, ਕਿੰਨੀ ਪੜ੍ਹੀ ਲਿਖੀ ਕੌਮ ਹੈ। ਕੰਜਰ ਤਾਂ ਆਰਾਮ ਨਾਲ ਹੀ ਕਿਹਾ ਜਾ ਸਕਦਾ, ਜਿਹੜੀ ਤਲਫਜ਼ ਨਾਲ ਤੁਸੀਂ ਕਿਸੇ ਨੂੰ ਪੁਕਾਰਦੇ ਹੋ, ਪਹਿਲਾਂ ਤੁਸੀਂ ਉਹ ਹੀ ਹੋ ਜਾਂਦੇ। ਕਬੀਰ ਸਾਹਿਬ ਜਦੋਂ ਸਤਸੰਗ ਕਰਦੇ ਸਨ, ਭਗਤ ਕਬੀਰ, ਉਹਨਾਂ ਦੇ ਸੰਗਤ ਵਿੱਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਸੀ, ਲੇਕਿਨ ਉਹਨਾਂ ਨੇ ਸ਼ੁਰੂ ਪਤਾ ਕੀ ਕਹਿਣਾ, ਕਹਿਤ ਕਬੀਰ ਸੁਣੋ ਭਾਈ ਸਾਧੋ, ਸਭ ਨੂੰ ਉਹਨੂੰ ਜਿੱਦਾਂ ਦਾ ਉਹਨਾਂ ਨੇ ਲਾਇਆ ਹੁੰਦਾ ਸੀ ਸ਼ੀਸ਼ਾ ਚਸ਼ਮਾ, ਉੱਦਾਂ ਉਹਨਾਂ ਨੂੰ ਸਾਰੇ ਸਾਧੂ ਨਜ਼ਰ ਆਉਂਦੇ ਸੀ, ਸਾਧੂ ਨੂੰ ਸਾਧੂ ਨਜ਼ਰ ਆਉਂਦੇ ਆ। ਅੱਗੇ ਮੈਂ ਡੈਸ਼ 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 ਅੱਗੇ ਸਮਝ ਲਓ, ਮੇਰੇ ਮੂੰਹ ਫੱਬਦੀਆਂ ਨਹੀਂ ਗੱਲਾਂ, ਥੋੜ੍ਹਾ ਜਿਹਾ ਮੈਨੂੰ ਕਹਿਣਾ ਇਸ ਕਰਕੇ ਪੈਂਦਾ ਕਿ ਇਹ ਲੋਗੋ ਇਨਸਾਫ਼ ਕਰਿਆ ਕਰੋ, ਜਦੋਂ ਕਿਸੇ ਨਾਲ ਧੱਕਾ ਹੁੰਦਾ ਸਾਹਿਤ ਕਰੋ, ਉਦੋਂ ਤੁਹਾਡੀਆਂ ਕਲਮਾਂ ਟੁੱਟ ਜਾਂਦੀਆਂ। ਜੇ ਇੱਕ ਸੈਕਿੰਡ ਲਈ ਮੈਨੂੰ ਗੁੱਸਾ ਆ ਗਿਆ, ਸਾਰੇ ਹੀ ਉਹ ਤਗੜੇ ਦਾ ਸੱਤੀ ਵੀ ਸੌ। ਹਾਂਜੀ, ਅਖੀਰ 'ਚ ਫਰੀਦਕੋਟ ਦੀ ਜਨਤਾ ਨੂੰ ਕੀ ਕਹਿਣਾ ਚਾਹੋਗੇ, ਬੀਜੇਪੀ ਨੂੰ ਛੱਡਣ, ਹੰਸਰਾਜ ਹੰਸ ਨੂੰ ਛੱਡਣ ਤਾਂ ਕਿਉਂ ਛੱਡਣ? ਸਭ ਤੋਂ ਪਹਿਲਾਂ ਤਾਂ ਮੈਂ ਇਸ ਧਰਤੀ ਨੂੰ ਨਮਸਕਾਰ ਕਰੂੰਗਾ, ਫਰੀਦਕੋਟ ਹਲਕੇ ਦੇ ਲੋਕਾਂ ਨੂੰ ਮੈਂ ਕਹਾਂਗਾ ਕਿ ਮੈਂ ਉਸ ਪਾਰਟੀ ਨਾਲ ਜੁੜਿਆ ਹਾਂ ਜਾਂ ਉਸ ਲੀਡਰ ਨੇ ਮੈਨੂੰ ਭੇਜਿਆ ਜਿਹਦੇ ਕੰਮ ਬੋਲਦੇ ਨੇ, ਖੁਦ ਤਾਂ ਉਦੋਂ ਹੀ ਬੋਲਦੇ ਨੇ ਜਦੋਂ ਕੈਂਪੇਨ ਵਗੈਰਾ ਕਰਨੀ, ਵਰਨਾ ਉਹਨਾਂ ਦੇ ਕੰਮ ਚੈੱਕ ਕਰ ਲਓ, 10 ਸਾਲਾਂ ਵਿੱਚ ਜੇ ਛੁੱਟੀ ਕੀਤੀ ਹੋਵੇ, ਈਵਨ ਕਰੋਨਾ ਵਿੱਚ ਵੀ ਸਾਡੇ ਘਰਾਂ 'ਚ ਵੈਕਸੀਨ ਨਾ ਪਹੁੰਚਦੀ, ਆਪਾਂ ਡਿਪਰੈਸ਼ਨ ਨਾਲ ਹੀ ਮਰ ਜਾਣਾ ਸੀ। ਸਾਰੇ ਇੰਡੀਆ ਨੂੰ ਬਚਾਉਣ ਵਾਲਾ ਬੰਦਾ, ਫਿਰ ਪੂਰੀ ਦੁਨੀਆ 'ਚ ਵੈਕਸੀਨ ਪਹੁੰਚਾਉਣ ਵਾਲਾ ਬੰਦਾ, ਫਿਰ ਕਰਤਾਰਪੁਰ ਲਾਂਘਾ ਬਣਾਉਣ ਵਾਲਾ ਬੰਦਾ, ਫਿਰ ਹੋਰ ਸੁਣੋ ਜਿੱਥੇ ਲਾਲ ਕਿਲੇ 'ਤੇ ਔਰੰਗਜ਼ੇਬ ਗੁਰਾਂ ਦੇ ਸੀਸ ਕਲਮ ਕਰਨ ਦੀ, ਮਾਵੇਂ ਪਿਤਾ
ਗੁਰੂ ਤੇਗ ਬਹਾਦਰ ਹਿੰਦ ਕੀ ਚਾਦਰ ਦਾ ਸ਼ੀਸ ਕਲਮ ਕਰਨ ਦਾ ਆਰਡਰ ਦਿੰਦਾ। ਉੱਥੋਂ ਕਹਿੰਦੇ ਗੁਰਪੁਰਬ ਮਨਾਇਆ ਕਰੋ, ਉੱਥੋਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਨਾ ਜੈਕਾਰੇ ਬੁਲਾਇਆ ਕਰੋ। ਫਿਰ ਉਹ ਛੋਟੇ ਸਾਹਿਬ ਜਾ ਜਾਂਦਾ, ਧੀਆਂ ਦਾ ਫਿਕਰ ਕਰਦਾ, ਨੰਗਿਆਂ ਨੂੰ ਜਾਂ ਬੇਘਰਿਆਂ ਨੂੰ ਘਰ ਬਣਾ ਕੇ ਦਿੰਦਾ। ਕੱਚੇ ਘਰਾਂ ਤੋਂ 5 ਲੱਖ ਰੁਪਈਆ ਭੇਜਦਾ, ਕਿਸਾਨਾਂ ਦੇ ਅਕਾਊਂਟ ਵਿੱਚ ਸਿੱਧੇ ਪੈਸੇ ਆ ਜਾਂਦੇ ਆ। ਮਜ਼ਦੂਰਾਂ ਨੂੰ ਨਰੇਗਾ ਦਿੰਦਾ, ਹੋਰ ਕਿੰਨੀਆਂ ਸਕੀਮਾਂ। ਮੇਰੇ ਨਾਲ ਸਤਾਰਾ ਹੁੰਦਾ ਤਾਂ ਤੁਹਾਨੂੰ ਪਤਾ ਲੱਗਦਾ। ਸਾਡਾ ਇੱਕ ਬੰਦਾ ਬੜਾ ਸੋਹਣਾ, ਉਹਨੂੰ ਸਕੀਮਾਂ ਇੰਨੀਆਂ ਯਾਦ ਆ, ਇੱਕ ਇੱਕ ਸਕੀਮ। ਅਤੇ ਮੈਂ ਤਾਂ ਇਹ ਕਹਿ ਸਕਦਾ ਕਿ ਅਣਗਿਣਤ ਉਹਦੀਆਂ ਨੇਕੀਆਂ ਨੇ, ਉਹਦੀਆਂ ਨੇਕੀਆਂ ਨੂੰ ਯਾਦ ਕਰਦੇ ਹੋਏ ਇੱਕ ਵਾਰੀ ਪੰਜਾਬ ਦੀ ਵਾਗਡੋਰ ਉਹਦੇ ਹੱਥ ਦੇ ਦਿਓ। ਸਾਲ 2 ਸਾਲ ਵਿੱਚ ਲਾਅ ਐਂਡ ਆਰਡਰ ਤੋਂ ਲੈ ਕੇ ਆ ਨਸ਼ੇ ਨੁਸ਼ੇ ਕਿਤੇ ਨਜ਼ਰ ਨਹੀਂ ਆਉਣਗੇ। ਭਗਵੰਤ ਮਾਨ ਸਾਹਿਬ 13-0 ਦਾ ਨਾਰਾ ਦੇ ਰਹੇ, ਤੁਹਾਡਾ ਨਾਰਾ ਕੀ ਹੈ ਜੀ? ਪੰਜਾਬ ਭਗਵੰਤ ਮਾਨ ਜੀ ਤਾਂ ਬਹੁਤ ਇੰਟਰਸਟਿੰਗ ਹੈਗੇ ਆ, ਉਹ ਕਲਾਕਾਰ ਆ। ਮੈਂ ਉਹਨਾਂ ਨੂੰ ਪਿਆਰ ਹੀ ਇੰਨਾ ਕਰਦਾ ਕਿ ਉਹਨਾਂ ਨੂੰ ਮੈਂ ਕੁਛ ਨਹੀਂ ਕਹਿਣਾ। ਜੇ ਉਹ 13-0 ਵੀ ਕਹਿਣ ਅਤੇ 13-2-0 ਵੀ ਲਾ ਦੇਣ, ਮੈਂ ਉਹਨੂੰ ਕੀ ਕਹਿਣਾ। ਲੋਕ ਥੋੜ੍ਹੇ ਜਿਹਾ ਮੈਂ ਇਹ ਕਹੂੰਗਾ ਜੋ ਮੈਂ ਫਿਰ ਤੁਰ ਕੇ ਦੇਖਿਆ ਕਿ ਲੋਕ ਥੋੜ੍ਹੇ ਜਿਹਾ ਪਰੇਸ਼ਾਨ ਨੇ। ਲੋਕਾਂ ਨੇ ਜਿੰਨੇ ਚਾਅ ਨਾਲ ਤੁਹਾਨੂੰ ਸਪੋਰਟ ਕੀਤਾ ਸੀ, ਅਤੇ ਤੁਸੀਂ ਉਹਨਾਂ ਦੇ ਲੋਕਾਂ ਦੇ ਜੋ ਜੋ ਵਾਅਦੇ ਕੀਤੇ ਸੀ ਉਹ ਫੁੱਲਫਿਲ ਜ਼ਰੂਰ ਕਰੋ, ਕਿਉਂਕਿ ਤੁਸੀਂ ਇੱਕ ਆਰਟਿਸਟ ਵੀ ਹੋ ਅਤੇ ਸਾਨੂੰ ਖੁਸ਼ੀ ਵੀ ਆ ਕਿ ਇੱਕ ਆਰਟਿਸਟ ਸੀ ਆ ਮੈਂ। ਇਸ ਕਰਕੇ ਮੈਂ ਤੁਹਾਨੂੰ ਬਹੁਤ, ਤੁਹਾਨੂੰ ਪਤਾ, ਪਿਆਰ ਵੀ ਕਰਦਾ, ਸਤਿਕਾਰ ਵੀ ਕਰਦਾ। ਨਹੀਂ ਜਿੱਤਣਾ ਤਾਂ ਭਾਈ BJP ਨੇ ਹੀ ਐਤਕੀ, ਕਿਉਂਕਿ ਗੱਲ ਚੱਲ ਪਈ, ਕਿਉਂਕਿ ਪਰਖ ਲਿਆ ਨਾ ਲੋਕਾਂ ਨੇ ਚਾਰੇ ਪਾਰਟੀਆਂ ਨੂੰ ਪਰਖ ਲਿਆ ਆ, ਅਤੇ ਹੁਣ ਬਸ ਕਸੀਸ ਵੱਟ ਕੇ ਬਟਨ ਦਬਾ ਦਿਓ ਇੱਕ ਵਾਰੀ। ਮੁੜ ਕੇ 1-2 ਸਾਲ ਬਾਅਦ ਜੇ ਨਾ ਨੁਹਾਰ ਬਦਲੇ ਤਾਂ ਮੈਨੂੰ ਇੱਥੇ ਬੰਨ ਲਿਓ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਇੱਕ ਵਾਰੀ ਫਿਰ ਨਮਸਕਾਰ।